हाँ जी सारे वीरां नूं सत श्री अकाल। मैं थोड़ा अपना सुखी शेरगिल पिंड हरीगढ़ जिला बरनाला। ये तुसीं वीडियो देख रहे हो साडे फेसबुक ते यूट्यूब चैनल पंज आप पैदावार ते। ते अज आपां पहुंचे होए आं पिंड तुंगाली जिला बठिंडे दे विच, जिथे अज 10 जून दिन वीरवार तों बकरियां दी मंडी दुबारे स्टार्ट हुई है लॉकडाउन तों बाद। ते इह मंडी हुण हरेक वीरवार नूं लग्गिया करनी है पिंड तुंगाली दे विच। आ मंडी दे विच एंटर होण सार जिहड़ा रिसेप्शन वाला एरिया आ जांदा कापी वाला, आपां कहिंदे बई उह करदे आगे। इत्थे पंजाब तों बहुत जगह तों बाहरों वीर आए हुए ने, आपां पुछदे आ बई होरां नूं, बई किहड़ी जगह तों आए हो तुसीं? हनुमानगढ़ जिला नौर से। हनुमानगढ़ जिला नौर तों। सो होर भी इत्थे जिहड़ी मंडी है पंजाब अपने इंडिया दे किहड़ियां किहड़ियां स्टेटां तों बंदे आए हुए है? बहुत जगह आए है, कोई बंबई तों आए है, कोई कठुआ आए है। बंबई तों भी आए हुए ने? आए ने। ठीक है। ਬੱਕਰਾ ਲੈਣ ਦੀ ਆਏ। ਅੱਛਾ, ਹੋਰ ਚਲੋ ਆਪਾਂ ਇੱਧਰ ਹੋਰ ਵੀ ਸਾਡੇ ਬਾਈਆਂ ਨੂੰ ਪੁੱਛਦੇ ਹਾਂ ਨਾ, ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਵੀ ਇੱਥੇ ਬਿਹਾਰ, ਬੰਗਾਲ, ਯੂਪੀ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਕਸ਼ਮੀਰ ਵਗੈਰਾ, ਹਿਮਾਚਲ ਵਗੈਰਾ ਦੇ ਸੂਬਿਆਂ 'ਚੋਂ ਆਉਂਦੇ ਹੈਗੇ। ਆਹ ਬਾਈ ਦਾ ਤੁਸੀਂ ਦੇਖੋ, ਇਹਦੀ ਆਪਾਂ ਅਲੱਗ ਤੋਂ ਵੀ ਵੀਡੀਓ ਸ਼ੂਟ ਕਰੀ ਹੈਗੀ। ਅਤੇ ਹੋਰ ਕੀ ਹਾਲ ਨੇ ਰਸਦੀਪ? ਹੋਰ ਜੀ ਵੀਰ ਜੀ, ਤੁਸੀਂ ਲਏ ਜਾਨਵਰ ਖਰੀਦਣ ਆਏ ਹੋ ਜਾਂ ਵੇਚਣ ਆਏ ਹੋ ਜੀ? ਖਰੀਦਣ ਆਏ ਆ ਵੀਰੇ। ਠੀਕ ਹੈ, ਲਏ ਜਾਨਵਰ? ਹਾਂਜੀ ਹਾਂ। ਠੀਕ ਹੈ, ਇਹ ਕਿੰਨੇ? ਦੋ? ਨਹੀਂ, ਆਪਣੇ ਦੂਜੇ ਉੱਧਰ ਖੜੇ ਆ। ਅੱਛਾ ਅੱਛਾ, ਉੱਧਰ ਖੜੇ ਆਉਣੇ ਆ, ਕੋਈ ਗੱਲ ਨਹੀਂ, ਛੋਟੇ ਕਣੀ ਉੱਧਰ ਆਉਣੇ ਆਗੇ। ਸੋ ਇੱਧਰ ਸਾਡੇ ਇੱਕ ਬਾਈ ਹੁਰੀ ਖੜੇ ਨੇ ਅਲੱਗ ਜੇ, ਹੈ ਨਾ, ਇਹ ਬਾਈ ਹੁਰਾਂ ਨੂੰ ਪੁੱਛਦਾ। ਹੋਰ ਬਾਈ ਕੀ ਹਾਲ ਨੇ ਜੀ? ਬਾਈ ਕਿਹੜੀ ਜਗ੍ਹਾ ਤੋਂ ਆਏ ਜੀ ਤੁਸੀਂ? ਮਾਨਸਾ ਤੋਂ ਜੀ। ਮਾਨਸਾ ਤੋਂ ਤੁਸੀਂ ਕਿਵੇਂ ਬਾਈ, ਬੱਕਰੀਆਂ ਖਰੀਦਣ ਆਏ ਹੋ ਜਾਂ ਕਿਵੇਂ? ਹਾਂਜੀ ਬਾਈ, ਖਰੀਦਣ ਹੀ ਆਏ ਆ, ਪਰਚੇਜ਼ ਕਰਨ ਆਏ ਆਏਗੇ। ਠੀਕ ਹੈ, ਫਾਰਮ ਹੈਗਾ। ਅੱਛਾ, ਆਪਦਾ ਫਾਰਮ ਹੈ? ਹਾਂਜੀ। ਕਿਹੜੀ ਜਗ੍ਹਾ ਬਾਈ? ਮਾਨਸਾ ਸ਼ਹਿਰ ਜੀ। ਅੱਛਾ, ਮਾਨਸਾ ਸ਼ਹਿਰ 'ਚ ਕੀ ਨਾਂ ਤੇ ਫਾਰਮ? ਮਾਨਸਾ ਗੋਡ ਫਾਰਮ ਜੀ। ਮਾਨਸਾ ਹੀ ਆ ਗੋਡ ਫਾਰਮ? ਠੀਕ ਹੈ। ਤੇ ਬਾਕੀ ਬਈ ਆਪਣਾ ਮਾਨਸਾ ਆਪਾਂ ਮੰਡੀ ਵੀ ਲਾਉਣੇ ਹੈਗੇ ਬੱਕਰੀਆਂ ਦੀ। ਠੀਕ ਹੈ, ਕਿਹੜੇ ਦਿਨ ਬਾਈ? ਕੀ 14 ਤੇ 28 ਤਰੀਕ ਦੀ ਹੁੰਦੀ ਹੈਗੀ, ਜਿਵੇਂ ਆਹ ਹੁਣ 14 ਜੂਨ ਆਉਣੀ ਹੈ। ਹਾਂਜੀ ਹਾਂਜੀ, 14 ਤੇ 28। ਤੇ ਆਪਣਾ ਕਰੋਨਾ ਨੂੰ ਦੇਖਦੇ ਹੋਏ ਵੀ ਮੰਡੀਆਂ ਸਾਰੀਆਂ ਬੰਦ ਕਰਤੀਆਂ ਸੀਗੀਆਂ, ਹੁਣ ਜਿਵੇਂ ਤੁੰਗ ਵਾਲੀ ਮੰਡੀ ਸ਼ੁਰੂ ਹੋ ਗਈ ਤੇ ਆਪਾਂ ਵੀ ਇਸ ਵਾਰ 14 ਤਰੀਕ ਨੂੰ ਆਪਾਂ ਮੰਡੀ ਲਾਵਾਂਗੇ। ਕੋਈ ਗੱਲ ਨਹੀਂ ਬਾਈ, ਤੁਹਾਡੇ ਕੋਲ ਪਹੁੰਚਾਂਗੇ ਅਸੀਂ ਜ਼ਰੂਰ, ਹੈ ਨਾ। ਹਾਂਜੀ ਲਾਜੀ। ਹਾਂ ਤੇ ਬਾਈ ਇੱਕ ਵਾਰੀ ਨਾ ਤੁਹਾਡਾ ਮੋਬਾਈਲ ਨੰਬਰ ਵੀ ਬੋਲ ਦਿਓ। ਕਈ ਵਾਰ ਮੋਬਾਈਲ ਨੰਬਰ 8835257568835257। ਠੀਕ ਹੈ। ਹਾਂ ਵੀ ਬਾਈ, ਸਾਰੇ ਵੀਰਾਂ ਨੂੰ ਬੇਨਤੀ ਆ, ਹੈ ਨਾ, ਸੋ ਵੀ ਜਿਵੇਂ ਅੱਜ ਤੁਸੀਂ 10 ਜੂਨ ਨੂੰ ਆਹ ਤੁੰਗਾਲੀ ਮੰਡੀ ਦੇ ਪਹੁੰਚੇ ਹੋ, ਜੋ ਵੀ ਵੀਰ ਵੀਡੀਓ ਦੇਖ ਰਹੇ ਨੇ ਮਾਨਸਾ ਦੇ ਵਿੱਚ, ਮਾਨਸਾ ਹੀ ਆ ਗੋਡ ਫਾਰਮ ਵੱਲੋਂ, ਮਾਨਸਾ ਕੈਂਚੀਆਂ ਦੇ, ਮਾਨਸਾ ਕੈਂਚੀਆਂ ਤੇ ਜਿਹੜਾ ਬਰਨਾਲਾ ਚੌਂਕ ਹੈ, ਬਰਨਾਲਾ ਰੋਡ ਜਿਹੜਾ ਬਰਨਾਲਾ ਰੋਡ ਹੈ, ਠੀਕ, ਜਿਹੜਾ ਮਾਨਸਾ ਤੋਂ ਬਰਨਾਲੇ ਨੂੰ ਰੋਡ ਜਾਂਦਾ, ਬਰਨਾਲਾ ਰੋਡ ਜਾਂਦੇ ਆ ਕਿ? ਹਾਂ ਹਾਂ ਹਾਂ, ਜਾ ਕੇ ਮੇਨ ਹਾਈਵੇ ਦੇ ਉੱਤੇ ਹੀ। ਠੀਕ ਹੈ, ਮੇਨ ਹਾਈਵੇ ਦੇ ਉੱਤੇ ਹੈ, ਉੱਥੇ ਜ਼ਰੂਰ ਪਹੁੰਚੇ। ਇੱਕ ਆਪਾਂ ਇੱਧਰ ਬਾਈ ਨੂੰ ਮਿਲਦੇ ਹਾਂ, ਜੇ ਆਪਾਂ ਦੇਸੀ ਭਾਸ਼ਾ 'ਚ ਕਹੀਏ ਤਾਂ ਬਾਈ ਬੱਕਰੀਆਂ ਵਾਲੀਆਂ ਖੁਰਲੀਆਂ ਲਈ ਖੜਾ ਹੈ। ਕਿਉਂ ਖੁਰਲੀਆਂ ਬੱਕਰੀਆਂ ਵਾਲੀਆਂ ਤਾਂ ਕਹਾਂਗੇ ਵੀ ਜੇ ਮੈਂ ਸਣੀਆਂ ਖੁਰਲੀਆਂ ਹੁੰਦੀਆਂ, ਥੋੜੀਆਂ ਵੱਡੀਆਂ ਹੁੰਦੀਆਂ। ਹੋਰ ਬਾਈ ਕੀ ਹਾਲ ਨੇ? ਠੀਕ ਹੈ ਬਾਈ ਜੀ, ਵਧੀਆ। ਥੋੜਾ ਸਪੀਕਰ ਉੱਚਾ ਰੱਖੋਗੇ? ਹਾਂਜੀ। ਕੀ ਨਾਮ ਬਾਈ ਤੁਹਾਡਾ ਤੇ ਕਿੱਥੋਂ ਆਏ ਹੋ? ਮੁੱਲਾ ਬਰਦਾਕੇ ਤੋਂ ਵੀਰੇ ਅਸੀਂ ਆਏ ਹਾਂ, ਲੁਧਿਆਣੇ ਕੋਲੋਂ, ਲੁਧਿਆਣਾ ਜ਼ਿਲ੍ਹਾ। ਠੀਕ ਹੈ। ਤੇ ਇਹ ਜਿਹੜੇ ਮੰਨ ਕੇ ਚੱਲੋ ਵੀ ਜਿਵੇਂ ਤੁਸੀਂ ਇੱਕ ਕੁਛ ਛੋਟੇ ਨੇ ਕੁਛ ਵੱਡੇ ਨੇ, ਹੈ ਨਾ, ਇਹਨਾਂ ਦਾ ਕੀ ਰੇਟ ਰੱਖਿਆ ਹੋਇਆ ਮੰਨ ਕੇ ਚੱਲੋ ਵੀ? ਜਿਹੜੀਆਂ ਬੱਚਿਆਂ ਵਾਲੀਆਂ ਖੋਲਣੀਆਂ ਆਪਣੀਆਂ। ਅੱਛਾ, ਜਿਹੜੀਆਂ ਕਦ ਛੋਟੀਆਂ ਨੇ ਉਹ ਬੱਚਿਆਂ ਵਾਲੀਆਂ? ਬੱਚਿਆਂ ਲਈ ਆ। ਇਹਨਾਂ ਦਾ ਕੀ ਰੇਟ ਹੈ? ਇਹ 1500 ਰੁਪਏ ਦੀ ਵੀਰੇ। ਕਿੰਨੇ ਜਾਨਵਰ? ਇਹ 'ਚ ਨਾ ਬੱਚੇ ਆਪਣੇ 15-20 ਬੱਚੇ ਖਾ ਲੈਣੇ। ਠੀਕ ਹੈ। ਤੇ ਜਿਹੜੀਆਂ ਵੱਡੀਆਂ ਨੇ? ਵੱਡੀਆਂ ਤੇ ਵੱਡੇ ਜਾਨਵਰ ਉਹਦੇ 10 ਕਿ ਲੱਗ ਸਕਦੇ ਜੀ, ਕੋਈ ਉਹ 25 ਉਹ ਹੈਗੀ ਆ ਵੱਡੀ ਖੋਲਣੀ। ਠੀਕ ਹੈ, 15 ਕਿ ਨਾ ਖਾ ਸਕਦੇ ਜੀ। ਛੋਟੀ ਦਾ ਰੇਟ ਦੱਸੋ ਤੁਸੀਂ, 1500? ਹਾਂਜੀ। ਉਹ ਦੂਜੀ ਦਾ? ਇਹਦਾ 2000 ਰੁਪਏ ਜੀ, ਉਹ 2500 ਰੁਪਏ। ਉਹ 2500 ਰੁਪਏ ਮੰਨ ਲਓ, ਜਿਹੜੀ ਬੱਚਿਆਂ ਵਾਲੀਆਂ ਖੁਰਲੀਆਂ ਨੇ ਦੋ ਤੁਸੀਂ ਦੇਖ ਸਕਦੇ ਹੋ, ਇਹਨਾਂ ਦਾ 1500 ਰੇਟ ਹੈ। ਜਿਹੜੀ ਉਦੋਂ ਵੱਡੀ ਤੀਜੇ ਨੰਬਰ ਤੇ ਪਈ ਆ ਉਹਦਾ 2000, ਜਿਹੜੀ ਚੌਥੇ ਨੰਬਰ ਤੇ ਉਹਦਾ 2500, ਉਹਦਾ 2500 ਰੁਪਇਆ। ਇੱਕ ਵਾਰੀ ਬਾਈ ਤੁਸੀਂ ਆਪਦਾ ਮੋਬਾਈਲ ਵੀ ਨੰਬਰ ਵੀ ਬੋਲ ਦਿਓ, ਹੈ ਨਾ ਵੀਰੇ। ਸਾਡਾ ਨੰਬਰ ਹੈਗਾ 98882254688। 98882254688। ਸੋ ਜਿਹਨੂੰ ਵੀ ਇਸ ਚੀਜ਼ ਦੀ ਜ਼ਰੂਰਤ ਹੋਈ ਜ਼ਰੂਰ ਕਾਲ ਕਰਿਓ ਬਾਈ ਨੂੰ, ਹੈ ਨਾ। ਅਤੇ ਇੱਕ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਤੇ ਸਾਡਾ ਫੇਸਬੁੱਕ ਅਤੇ ਯੂਟਿਊਬ ਪੇਜ ਪੰਜਾਬ ਪੈਦਾਵਾਰ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਿਓ। ਸਤਿ ਸ਼੍ਰੀ ਅਕਾਲ ਬਾਪੂ ਜੀ। ਆਪਣਾ ਕਿਹੜਾ ਪਿੰਡ ਹੈ ਜੀ? ਇਹ ਬਾਈ ਮੈਨੂੰ ਥੋੜ੍ਹਾ ਜਿਹਾ ਸੰਗਦਾ ਲੱਗਦਾ ਹੈ। ਅੱਛਾ, ਕਿਹੜੇ ਜ਼ਿਲ੍ਹੇ 'ਚ ਪੈ ਜਾਂਦਾ? ਫਰੀਦਕੋਟ ਜ਼ਿਲ੍ਹੇ 'ਚ। ਅੱਛਾ, ਫਰੀਦਕੋਟ ਜ਼ਿਲ੍ਹੇ 'ਚ ਪਾਇਆ। ਤੁਸੀਂ ਕੀ ਜਾਨਵਰ ਲੈ ਕੇ ਆਏ ਹੋ? ਇਹ ਤਾਂ ਪੱਠਾ ਲੈ ਕੇ ਆਏ। ਠੀਕ ਹੈ। ਇਹ ਇਹਨਾਂ ਨੂੰ ਇਕੱਲੀ ਖਾ ਲਈ ਆ ਜਾਂ ਹੋਰ ਵੀ? ਉਹ ਚੌਕਰ ਆ ਬੜੇਵਿਆਂ ਦਾ। ਠੀਕ ਹੈ। ਛੋਲਿਆਂ ਦਾ ਛਿਲਕਾ? ਛੋਲਿਆਂ ਦਾ ਛਿਲਕਾ ਹੈ। ਠੀਕ ਹੈ ਠੀਕ ਹੈ। ਅਤੇ ਤੁਹਾਡੇ ਕੋਲ ਹੋਰ ਵੀ ਜਾਨਵਰ ਹੈਗੇ? ਕਿੰਨੇ ਕੁ ਜਾਨਵਰ ਨੇ? ਹੈਂ, ਚਾਰ ਜਾਨਵਰ ਨੇ। ਠੀਕ ਹੈ। ਇਸ ਧੰਦੇ ਵਿੱਚ ਕਿਵੇਂ ਸ਼ੌਂਕ ਪਿਆ? ਮੰਨ ਕੇ ਚੱਲ ਵੀ ਜਿਵੇਂ ਨਵੇਂ ਮੁੰਡੇ ਹੁਣ ਬਹੁਤ ਆ ਰਹੇ ਨੇ ਲਾਈਨ 'ਚ, ਹੈ ਨਾ, ਵੀ ਤੁਹਾਨੂੰ ਕਿਵੇਂ ਸ਼ੌਂਕ ਪਿਆ ਇਸ ਧੰਦੇ ਦਾ?
ਸ਼ੌਂਕ ਬਸ ਸ਼ੁਰੂ ਤੋਂ ਸੀ ਬਈ ਯਾਰ। ਅੱਛਾ ਤੇ ਮੈਂ ਰੱਖ ਲਾਂਗਾ ਪਰ ਦਾਦੇ ਸ਼ੌਂਕ ਸੀਗਾ। ਠੀਕ ਹੈ ਉਹਨੇ ਪਹਿਲਾਂ ਇੱਕ ਰੱਖੀ ਸੀ ਬਰਬਰੀ ਫਿਰ ਉਹ ਵੇਚਤੀ ਉਹ ਬਾਈ ਸ਼ੌਂਕ ਪੈ ਗਿਆ। ਅੱਛਾ ਪਹਿਲਾਂ ਬਰਬਰੀ ਦੀ ਫਿਰ ਇਹ ਦੂਜੀ ਆ ਗਿਆ। ਠੀਕ ਹੈ ਬਾਈ ਬਹੁਤ ਬਹੁਤ ਮਿਹਰਬਾਨੀ ਹੈ। ਚਲੋ ਅੱਗੇ ਜਾ ਕੇ ਦੇਖਦੇ ਆਪਾਂ ਕੀ ਉਹ ਹੈਗਾ। ਇੱਧਰ ਬਾਈ ਕੋਲ ਇੱਕ ਅਲੱਗ ਜਿਹੀ ਉਹ ਰੱਖੀ ਖੜਾ ਹੈ ਬਾਈ। ਕਿਹੜੀ ਨਸਲ ਹੈ ਇਹ? ਮੈਂ ਕੱਟੂਗੇ ਦੋ ਮਿੰਟ ਫੋਨ। ਤੇ ਇਹ ਬਰਬਰੀ ਨਸਲ ਹੈ ਮੇਰੇ ਖਿਆਲ 'ਚ, ਆਮ ਦੇਸੀ ਭਾਸ਼ਾ ਜਿਹਨੂੰ ਪਹਾੜੀ ਕਹਿ ਦਿੰਦੇ ਆ। ਚਲੋ ਬਾਈ ਥੋੜ੍ਹਾ ਜਿਹਾ ਫੋਨ 'ਤੇ ਬਿਜ਼ੀ ਹੈਗਾ, ਆਪਾਂ ਅੱਗੇ ਚੱਲਦੇ ਹਾਂ। ਅਤੇ ਨਾਲ ਹੀ ਇੱਧਰ ਤੁਸੀਂ ਦੇਖ ਸਕਦੇ ਹੋ ਇਹ ਦੁਕਾਨ ਆ ਗਈ ਬੱਕਰੀਆਂ ਦੇ ਹਾਰ ਸ਼ਿੰਗਾਰ ਦੀ। ਅਤੇ ਇੱਧਰ ਬਾਈ ਇੱਕ ਦੋ ਬੱਚੇ ਲਈ ਖੜਾ ਹੈ ਬਾਈ। ਇਹ ਪੱਠ ਨੇ ਹੈ ਬੱਕਰੇ ਨੇ? ਠੀਕ ਹੈ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਰਾਜਸਥਾਨ 'ਚ, ਹਨੂਮਾਨਗੜ੍ਹ ਜ਼ਿਲ੍ਹੇ 'ਚ। ਰਾਜਸਥਾਨ ਹਨੂਮਾਨਗੜ੍ਹ ਜ਼ਿਲ੍ਹੇ ਤੋਂ? ਅੱਛਾ, ਉੱਥੇ ਲਵੇ ਲਾਉਣੇ ਕਿਹੜਾ ਪਿੰਡ ਹੈ? ਫਾਣਾ ਪਿੰਡ ਹੈ, ਨੌਰ ਤਹਿਸੀਲ 'ਤੇ। ਨੌਰ ਤਹਿਸੀਲ 'ਤੇ, ਠੀਕ ਹੈ। ਹੋਰ ਬਾਈ, ਬਾਈ ਹੁਰੀ ਕਿੱਥੋਂ ਆਏ ਨੇ? ਭੀਖੀ ਕੋਲ, ਫਰਮਾਹੀ ਬੱਪੀ ਆਣਾ ਪਿੰਡ ਹੈ। ਠੀਕ ਠੀਕ ਹੈ। ਪਰਸੋਂ ਚੌਥੀ ਬੱਪੀ ਆਣੇ ਜਾ ਕੇ ਆਇਆ ਮੈਂ, ਤੁਹਾਡੇ ਪਿੰਡ ਵੀ ਦੀ ਲੰਘਿਆ ਸੀਗਾ। ਸੋ ਬਾਈ ਆਹ ਆਪਣੇ ਧਨੌਦੇ ਤੋਂ ਨੇ ਵੀਰ, ਜਿਨ੍ਹਾਂ ਦੇ ਬੱਕਰੀਆਂ ਦੇ ਹਾਰ ਸ਼ਿੰਗਾਰ ਦੀ ਦੁਕਾਨ ਹੈ। ਅਤੇ ਆਹ ਆਪਾਂ ਇਹਨਾਂ 'ਤੇ ਲਾਤਾ ਆਪਣਾ ਪੋਸਟਰ ਪੰਜਾਬ ਪੈਦਾਵਾਰ ਵਾਲਾ। ਅਤੇ ਆਹ ਬਾਈ ਇੱਧਰ, ਕਿਉਂ ਗਰਮੀ ਵਾਲੀ ਜ਼ਿਆਦੇ ਆ ਹੈ ਨਾ, ਅਤੇ ਨਿੰਬੂ ਦਾ ਪਾਣੀ ਬਣਾ ਰਿਹਾ। ਹੋਰ ਬਾਈ ਕਿਵੇਂ, ਵਧੀਆ ਚੱਲੀ ਜਾਂਦਾ ਕੰਮ? ਵਧੀਆ ਬਾਈ। ਤੇਰਾ ਕਿਹੜਾ ਏਰੀਆ ਕਿੱਥੋਂ ਹੈ? ਨਾਭਾ ਏਰੀਆ। ਨਾਭੇ ਤੋਂ? ਮਤਲਬ ਜਿੱਥੇ ਜਿੱਥੇ ਕਿਤੇ ਵੀ ਬੱਕਰੀ ਮੰਡੀ ਲੱਗਦੀ ਹੈ ਉੱਥੇ ਜਾਂਦਾ ਤੂੰ? ਬੱਕਰੀਆਂ ਦੀਆਂ, ਘੋੜਿਆਂ ਦੀਆਂ, ਮੱਝਾਂ ਦੀਆਂ, ਸਾਰੀ ਗਾ। ਠੀਕ ਹੈ, ਸਾਰੇ ਥਾਵੇਂ ਜਾਂਦਾ। ਇੱਧਰ ਸਾਡੇ ਬਾਈ ਬੈਠੇ ਆ। ਵਾਲੇਕੁਮ ਸਲਾਮ ਮੀਆਂ, ਕੈਸੇ ਹੋ? ਬੜੀਆ ਹੈ। ਆਪ ਲੋਕ ਕਹਾਂ ਸੇ ਆਏ ਹੋ? ਹਨੂਮਾਨਗੜ੍ਹ ਸੇ। ਹਨੂਮਾਨਗੜ੍ਹ ਸੇ ਆਏ ਹੋ? ਹਨੂਮਾਨਗੜ੍ਹ ਸੇ। ਆਪ ਵੀ ਹਨੂਮਾਨਗੜ੍ਹ ਸੇ? ਨਹੀਂ, ਬੀਕਾਨੇਰ ਸੇ। ਆਪ ਬੀਕਾਨੇਰ ਸੇ, ਠੀਕ ਹੈ। ਔਰ ਰਾਜਸਥਾਨ ਸੇ ਇਲਾਵਾ ਔਰ ਕਹਾਂ ਸੇ? ਹਨੂਮਾਨਗੜ੍ਹ। ਅੱਛਾ, ਦੋਨੋਂ ਗੰਜੇ। ਕੋਈ ਬਾਤ ਨਹੀਂ, ਗਰਮੀ ਕੋ ਦੇਖਤੇ ਹੋਏ ਗੰਜ ਕਟਾ ਲਿਆ ਹੋਊਗਾ। ਠੀਕ ਹੈ ਬਈ, ਆਪਣੇ ਮਸਤੀ ਕੀ? ਚਲੋ ਕੋਈ ਬਾਤ ਨਹੀਂ, ਹੈ ਨਾ, ਪਿਆਰਾ ਪਿਆਰਾ, ਕੋਈ ਬਾਤ ਨਹੀਂ। ਇੱਧਰ ਸਾਡੇ ਬਾਈ ਹੁਰੀ ਰੱਖੀ ਬੈਠੇ ਹੈਗੇ ਜਾਨਵਰ ਨਾ। ਬਾਈ ਤੁਸੀਂ ਕਿੱਥੋਂ ਆਏ ਹੋ? ਬਾਈ ਰੂਪੇ ਤੋਂ? ਠੀਕ ਹੈ ਬਾਈ, ਬਹੁਤ ਵਧੀਆ ਗੱਲ ਆ। ਬਾਈ ਹੁਰੀ ਨੂੰ ਪੁੱਛਦੇ ਹਾਂ। ਬਾਈ ਸਤਿ ਸ਼੍ਰੀ ਅਕਾਲ ਜੀ। ਇਹ ਕਿਹੜਾ ਏਰੀਆ ਜੀ, ਆਪਾਂ ਕਿੱਥੋਂ ਆਏਗੇ? ਅਸੀਂ ਆਏ ਮੋਗੇ ਤੋਂ। ਅੱਛਾ, ਮੋਗੇ ਤੋਂ। ਇਹ ਬਾਈ ਜੀ ਆਪਣੇ ਮੀਆਂ? ਇਹ ਮੀਆਂ ਜੀ ਆਏ ਜਗਰਾਵਾਂ ਤੋਂ। ਠੀਕ ਹੈ, ਜਗਰਾਵਾਂ ਤੋਂ। ਕਿਹੜੇ ਜਾਨਵਰ ਲੈ ਕੇ ਆਏ ਹੋ ਜੀ? ਵੇਚਣਾ ਹੈ ਜਾਂ ਕੁਛ ਕੀ? ਉਹ ਠੀਕ ਹੈ, ਖਰੀਦਣਾ ਆਏ ਹੋ ਜੀ? ਕੋਈ ਲਿਆ ਜਾਨਵਰ? ਨਹੀਂ, ਹਜੇ ਕੋਈ ਨਹੀਂ ਜੀ। ਅੱਛਾ, ਹਜੇ ਕੋਈ ਸੌਦਾ ਬਣਿਆ ਨਹੀਂ ਹੈਗਾ? ਆਈ ਹੋਣੀ ਹੈ। ਠੀਕ ਹੈ। ਵੈਸੇ ਵੀ ਮੰਡੀ ਥੋੜ੍ਹਾ ਇਸ ਵਾਰ ਲੱਗੀ ਕਰਕੇ ਕੁਛ ਗਰਮੀ ਵੱਧਦਾ ਹੈ ਨਾ, ਥੋੜ੍ਹਾ ਜਿਹਾ ਘੱਟ ਹੋਵੇਗਾ। ਨਹੀਂ ਨਹੀਂ, ਬਿਲਕੁਲ ਬਾਈ, ਉੱਧਰ ਜਾ ਕੇ ਮਿਲਦੇ ਹਾਂ ਬਾਈ ਹੋਰਾਂ ਨੂੰ। ਲਓ ਵੀ ਇੱਧਰ ਸਾਡੇ ਵੀਰ ਆ ਜਾਨਵਰ ਲਈ ਖੜੇ ਨੇ, ਹੈ ਨਾ। ਬਾਈ ਹੋਰਾਂ ਨੂੰ ਪੁੱਛਦੇ, ਬਾਈ ਕਿਹੜਾ ਏਰੀਆ ਜੀ? ਠੀਕ ਹੈ ਜੀ, ਮੁਕਤਸਰ ਸਾਹਿਬ ਤੋਂ ਆਏ ਹੋ? ਪਿੰਡ ਸ਼ੀਰ ਵਾਲੀ ਤੋਂ? ਨਹੀਂ ਨਹੀਂ, ਠੀਕ ਹੈ ਬਾਈ, ਬਹੁਤ ਵਧੀਆ। ਕਿਵੇਂ, ਜਾਨਵਰ ਲੈ ਕੇ ਆਏ ਹੋ? ਕੁਛ ਸੇਲ ਵੀ ਹੋਏ ਜਾਂ ਕਿਵੇਂ ਬਾਈ? 4 ਵਜੇ ਤੇ ਜੀ। 4 ਵਜੇ ਤੇ, ਠੀਕ ਹੈ। ਕੋਈ ਖਰੀਦਿਆ ਵੀ ਹੈ? ਨਹੀਂ ਜੀ, ਖਰੀਦਿਆ ਨਹੀਂ। ਠੀਕ ਹੈ, ਖਰੀਦਿਆ ਨਹੀਂ ਹੈਗਾ, ਕੋਈ ਗੱਲ ਨਹੀਂ। ਸੋ ਵਧੀਆ ਵੀ, ਵਧੀਆ ਜਾਣੇ ਆਉਣ ਦਾ ਮੁੱਲ ਮੁੜ ਕੇ ਰਿਸਪੌਂਸ ਮਿਲ ਗਿਆ? ਨਹੀਂ ਨਹੀਂ, ਠੀਕ ਹੈ ਬਾਈ, ਬਹੁਤ ਵਧੀਆ। ਸੋ ਇੱਕ ਆਪਣੇ ਇੱਧਰ ਬਾਈ ਹੁਰੀ ਬੈਠੇ ਹੈਗੇ। ਬਾਈ ਸਤਿ ਸ਼੍ਰੀ ਅਕਾਲ ਜੀ। ਸੋ ਬਾਈ ਕਿੱਥੋਂ ਆਏ ਹੋ ਜੀ? ਲਾਲਿਆਣਾ ਪਿੰਡ ਤੋਂ। ਅੱਛਾ, ਲਾਲਿਆਣੇ ਪਿੰਡ ਤੋਂ ਆਏ ਹੋਗੇ, ਠੀਕ ਹੈ। ਕਿੰਨੇ ਜਾਣੇ ਜਾਨਵਰ ਲੈ ਕੇ ਆਏ ਹੋ ਬਾਈ? ਮੇਰੇ ਕੋਲ 2 ਬਰਬਰ ਗਏ ਭਰਾਵਾ, ਇੱਕ ਦਾ ਉਹ ਤੇ ਕਾਹੋ, ਉਹ ਦੂਜੀ ਇਦਾਂ ਦੀ ਨੰਬਰ ਆ ਗਿਆ। ਠੀਕ ਹੈ, ਦੂਜੀ ਬਾਈ ਹੁਰਾਂ ਦਾ ਕਿਹੜਾ ਪਿੰਡ ਹੈ? ਕਣਕਵਾਲਾ ਬਾਈ। ਕਣਕਵਾਲ ਉੱਧਰ ਆਪਣੇ ਰਫਾਇਨਰੀ ਕੋਲ। ਅੱਛਾ, ਰਫਾਇਨਰੀ ਕੋਲ ਆ ਗਿਆ, ਠੀਕ ਹੈ। ਮਹਾਂ ਕਿਤੇ ਉੱਧਰ ਸਾਡੇ ਇੱਕ ਚੀਮੇ ਭੀਖੀਕੋਲੇ ਵੀ ਆ ਜਾਣਾ। ਅਤੇ ਆਹ ਜਾਨਵਰ ਕਿਹਦੇ ਆ ਵੀਰੇ? ਠੀਕ ਆ ਬਾਈ, ਠੀਕ ਹੈ। ਚਲੋ ਬਹੁਤ ਬਹੁਤ ਧੰਨਵਾਦ ਬਾਈ, ਹੈ ਨਾ। ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਹਾਂਜੀ ਦੋਸਤੋ, ਜਿਵੇਂ ਆਪਾਂ ਤੁਹਾਨੂੰ ਪਹਿਲਾਂ ਮੰਡੀ ਦਾ ਹਾਲ ਤਾਂ ਦਿਖਾਤਾ, ਹੈ ਨਾ, ਵੀ ਮੰਡੀ ਦੇ ਵਿੱਚ ਕਈ ਸਟੇਟਾਂ ਤੋਂ ਜਿਹੜੇ ਵਪਾਰੀ ਨੇ, ਵੇਚਣ ਵਾਲੇ ਅਤੇ ਖਰੀਦਣ ਵਾਲੇ ਪਹੁੰਚੇ ਹੋਏ ਨੇ। ਸੋ ਹੁਣ ਆਪਾਂ ਕਰਦੇ ਹਾਂ ਗੱਲਬਾਤ ਬਾਈ ਬਲਵਿੰਦਰ ਮਾਨ ਨਾਲ, ਉਰਫ ਡਾਕਟਰ ਨਾਲ। ਉਰੇ ਆ ਕੇ ਮੈਨੂੰ ਹੁਣ ਪਤਾ ਲੱਗਾ ਵੀ ਬਾਈ ਨੂੰ ਡਾਕਟਰ ਵੀ ਕਹਿੰਦੇ ਹੈਗੇ। ਜਦੋਂ ਮੈਂ ਪੁੱਛਿਆ ਵੀ ਡਾਕਟਰ ਹੈ ਕਾਹਦਾ, ਉਹ ਮੈਨੂੰ ਕਹਿੰਦੇ ਵੀ ਤੁਸੀਂ ਐਂ ਪੁੱਛੋ ਵੀ ਡਾਕਟਰ ਹੈ ਕਾਹਦਾ ਨਹੀਂ। ਬਾਈ ਪਹਿਲਾਂ ਤਾਂ ਇਹ ਗੱਲ ਦੱਸੋ ਨਾ ਵੀ ਇਹ ਜਿਹੜਾ ਤੁਹਾਡੇ ਨਾਂ ਨਾਲ ਜੁੜਿਆ ਡਾਕਟਰ ਕਿਵੇਂ ਜੁੜਿਆ, ਅਤੇ ਉਦੋਂ ਬਾਅਦ ਅੱਜ ਵਾਲੀ ਮੰਡੀ 'ਤੇ ਥੋੜ੍ਹਾ ਜਿਹਾ ਚਾਨਣਾ ਪਾ ਦਿਓ। ਵੀਰ ਜੀ, ਪਹਿਲਾਂ ਤਾਂ ਤੁਹਾਡਾ ਧੰਨਵਾਦ ਜਿਹੜੇ ਸਾਡੇ ਗ੍ਰਹਿ ਵਿਖੇ ਆਏ ਅੱਜ ਤੁਸੀਂ। ਅਤੇ ਗੱਲ ਕਰੀਏ ਆਪਾਂ ਡਾਕਟਰੀ ਲਾਈਨ ਦੀ, ਮੈਂ ਬਹੁਤ ਛੋਟਾ ਸੀ, ਮੈਂ ਅਜਰਬੈਦ 'ਤੇ ਬਹੁਤ ਕੰਮ ਕੀਤਾ। ਨੈਪਰ ਤੋਂ ਟ੍ਰੇਨਿੰਗ ਆ ਮੇਰੀ, ਹਰਿਦੁਆਰ ਕਾਫੀ ਟਾਈਮ ਦਾ ਮੈਂ ਰਿਹਾ। ਅਜਰਬੈਦ 'ਤੇ ਜਾਣੀ ਬਰੀਕੀਆਂ ਸਿੱਖੀਆਂ ਵੀ ਪੱਤੇ ਦੀ ਉਮਰ ਕਿੰਨੀ ਆ, ਟਾਹਣੀ ਦੀ ਕਿੰਨੀ ਆ, ਫੁੱਲ ਦੀ ਕਿੰਨੀ ਆ, ਕੀ ਬਿਮਾਰੀਆਂ 'ਚ ਕਿੰਨੀ ਕਿੰਨੀ ਡੋਜ਼ ਆ, ਸਾਰਾ ਮੈਂ ਅਜਰਬੈਦ 'ਤੇ ਕਾਫੀ ਲੰਬਾ ਸਮਾਂ ਕੰਮ ਕੀਤਾ। ਫਿਰ ਐਕੂਪ੍ਰੈਸ਼ਰ 'ਤੇ ਆ ਗਿਆ,
ਲੈਟਰ ਹੋਮਿਓਪੈਥੀ 'ਤੇ ਆ ਗਿਆ, ਕਾਫੀ ਜਾਣੀ ਮੈਡੀਸਨ ਬਾਰੇ ਕੰਮ ਕੀਤਾ ਗਿਆ ਮੈਂ, ਅਤੇ ਇਸ ਲਈ ਮੈਨੂੰ ਡਾਕਟਰ ਵੀ ਕਹਿ ਦਿੰਦੇ ਆ। ਗੱਲ ਕਰੀਏ ਮੰਡੀ ਦੀ, ਆਪਾਂ ਮੰਡੀ ਸ਼ੁਰੂਆਤ 2017 'ਚ ਕੀਤੀ ਸੀ, ਅਤੇ ਮੰਡੀ ਅੱਜ ਪਹਿਲੀ ਲੋਕਡਾਊਨ ਤੋਂ ਬਾਅਦ ਇਹ ਪਹਿਲੀ ਮੰਡੀ ਆ ਜਿਹੜੀ ਆਪਾਂ ਦੁਬਾਰਾ ਸਟਾਰਟ ਕੀਤੀ ਹੈ, ਅਤੇ ਇਦੋਂ ਬਾਅਦ ਹਰ ਵੀਰਵਾਰ ਮੰਡੀ ਲੱਗੂਗੀ। ਅਤੇ ਆਉਣ ਵਾਲੇ ਦਿਨ ਤੁਸੀਂ ਦੇਖੋਗੇ ਵੀ ਅੱਜ ਦੀ ਰੰਗਤ ਅਤੇ ਆਉਣ ਵਾਲੇ 17 ਤਰੀਕ ਦੀ ਰੰਗਤ ਦਾ ਕਿੰਨਾ ਫਰਕ। ਜਿਵੇਂ ਪਹਿਲਾਂ ਮੰਨ ਕੇ ਚੱਲੋ ਵੀ ਮਾਨ ਸਾਹਿਬ ਤੁਸੀਂ ਅਲੱਗ ਡੇਟਾਂ ਦਿੱਤੀਆਂ ਸੀ, 4 ਹੈ ਨਾ ਮੇਰੇ ਖਿਆਲ 'ਚ, 2, 9, 17 ਅਤੇ 24, ਵੀ ਇਹ ਬਦਲਣ ਦਾ ਕੀ ਕਾਰਨ ਹੋਇਆ, ਕਿਉਂ ਆਇਆ ਫਿਰ? ਜਿਵੇਂ ਪਹਿਲਾਂ ਤੁਸੀਂ ਕੋਈ ਹੋਰ ਡੇਟ ਦਿੱਤੀ ਵੀ ਹੈ, ਜਿਹੜੇ ਤੁਹਾਡੇ ਚਾਹੁਣ ਵਾਲੇ ਨੇ, ਤੁਹਾਨੂੰ ਪਿਆਰ ਕਰਨ ਵਾਲੇ ਉਰੇ ਆਉਂਦੇ ਹੈਗੇ, ਸੋ ਵੀ ਉਹਨਾਂ ਨੂੰ ਥੋੜ੍ਹਾ ਕਨਫਿਊਜ਼ਨ ਨਹੀਂ ਹੋਊਗੀ ਵੀ ਜਾਂ ਹੋਜੂ ਕਵਰ ਅਪ ਸਾਰਾ ਹੋਜੂਗਾ? ਬਈ ਉਹ 'ਚ ਕਾਰਨ ਆ ਗਿਆ ਹੁਣ, ਜਿਵੇਂ ਸ਼ਨੀਵਾਰ ਐਤਵਾਰ ਲੋਕਡਾਊਨ ਆ, ਠੀਕ ਹੈ, ਉਹ ਡੇਟਾਂ ਲੋਕਡਾਊਨ 'ਚ ਵੜ ਜਾਂਦੀਆਂ ਨੇ, ਜਾ ਕੇ ਸ਼ਨੀ ਐਤਵਾਰ 'ਚ ਆ ਜਾਂਦੀਆਂ। ਬਿਲਕੁਲ, ਤਾਂ ਕਰਕੇ ਫਿਰ ਉੱਥੇ ਅਸੀਂ ਸਾਰੇ ਡਿਵਲਪਮੈਂਟਡ ਹੋ ਜਾਂਦੇ ਵੀ ਅੱਜ ਮੰਡੀ ਲੱਗੂ ਜਾਂ ਨਾ ਲੱਗੂ, ਉਦੋਂ ਫਿਰ ਬਾਹਰੋਂ ਵਪਾਰੀ ਵੀ ਨਹੀਂ ਆ ਸਕਦੇ ਕਿਉਂਕਿ ਲੋਕਡਾਊਨ ਆ, ਬਾਹਰਲੇ ਸਟੇਟਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਜਾਂਦਾ। ਇਸ ਲਈ ਸਾਰੇ ਰਾਇ ਮਸ਼ਵਰਾ ਕਰਕੇ ਸਾਰੇ ਬੰਦਿਆਂ ਨਾਲ ਉਹਨਾਂ ਨੇ ਇੱਕੋ ਦਿਨ ਦਾ ਵਿਚਾਰ ਕੀਤਾ ਵੀ ਵੀਰਵਾਰ ਨੂੰ ਆਪਾਂ ਦਿਨ ਰੱਖ ਲਓ। ਸੋ ਬਿਲਕੁਲ ਠੀਕ ਹੈ ਬਾਈ ਜੀ, ਹੈ ਨਾ, ਵੀ ਲੋਕਡਾਊਨ ਦੇ ਦਿਨਾਂ ਨੂੰ ਦੇਖਦੇ ਹੋਏ ਵੀ ਇਸੇ ਕਰਕੇ ਮੰਡੀ ਦੀ ਜਿਹੜੀ ਤਰੀਕ ਹੈ ਉਹ ਚੇਂਜ ਕੀਤੀ ਹੈਗੀ। ਇੱਧਰ ਸਾਡੇ ਬਾਈ ਨੂੰ ਪੁੱਛਦੇ ਹਾਂ, ਬਾਈ ਤੁਸੀਂ ਆਏ ਹੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਬਾਈ ਨਾਲ ਸਾਡੀ ਰਿਸ਼ਤੇਦਾਰੀ ਵੀ ਹੈ, ਅਤੇ ਬਾਈ ਨੂੰ ਪੁੱਛਦੇ ਹਾਂ ਬਾਈ ਤੁਹਾਨੂੰ ਕਿਵੇਂ ਆ ਕੇ ਲੱਗਦਾ, ਤੁਸੀਂ ਉਰੇ ਪਹਿਲੀ ਵਾਰ ਆਏ ਹੋ ਜਾਂ ਪਹਿਲਾਂ ਵੀ ਆਏ ਹੋ ਮੰਡੀ 'ਚ? ਨਹੀਂ, ਮੈਂ ਮੰਡੀ 'ਤੇ ਫਸਟ ਟਾਈਮ ਹੀ ਆਇਆ। ਠੀਕ ਹੈ। ਵੈਸੇ ਮਾਨ ਸਾਹਿਬ ਦੇ ਫਾਰਮ ਦੇ ਮਾਨ ਦੋਸਤ ਆ ਮੇਰਾ। ਠੀਕ ਹੈ। ਕਾਫੀ ਪਿਛਲੇ 15-20 ਸਾਲਾਂ ਤੋਂ ਜੁੜੇ ਹੋਏ ਆਪਸ 'ਚ, ਅਤੇ ਮਿਲਦੇ ਜੁਲਦੇ ਰਹਿੰਦੇ ਹਾਂ। ਠੀਕ ਹੈ। ਤਾਂ ਔਰ ਮੰਡੀ 'ਤੇ ਅੱਜ ਸਾਡਾ ਵੀ ਸਵਾਬ ਪਹਿਲੀ ਵਾਰ ਬਣਿਆ, ਬਹੁਤ ਦੇਰ ਦੀ ਇੱਛਾ ਸੀ ਵੀ ਇੱਕ ਵਾਰੀ ਮੰਡੀ ਜ਼ਰੂਰ ਦੇਖ ਕੇ ਆਈਏ, ਫਿਰ 2 ਸਾਲ ਹੋ ਗਏ ਲੋਕਡਾਊਨ ਹੀ ਲੱਗੀ ਜਾਂਦਾ। ਠੀਕ ਹੈ। ਅਤੇ ਕੱਲ੍ਹ ਫਿਰ ਮਾਨ ਸਾਹਿਬ ਨਾਲ ਗੱਲ ਵੀ, ਕਹਿੰਦੇ ਵੀ ਆਪਾਂ ਮੰਡੀ ਲਾਉਣੀ ਹੈ ਇਸ ਤਰੀਕੇ ਨੂੰ, ਅਤੇ ਫਿਰ ਅੱਜ ਇਸ ਕਰਕੇ ਦੇਖਣ ਲਈ ਆਏ ਵੀ। ਵੀ ਕਿਵੇਂ ਲੱਗਿਆ, ਕਿਵੇਂ ਆਪਦਾ ਤਜਰਬਾ ਆ, ਕਿਵੇਂ ਲੱਗਦਾ, ਹੈ ਨਾ? ਵੀ ਪਹਿਲਾਂ ਤਾਂ ਆਪਾਂ ਇਕੱਲੇ ਮੰਨਦਾ ਹੋਈ ਹੋਰ ਚੀਜ਼ਾਂ ਦੀ ਮੰਡੀਆਂ 'ਤੇ, ਪਸ਼ੂਆਂ ਦੀ ਮੰਡੀ ਦੇਖਦੇ ਹੁੰਦੇ ਸੀ, ਜਿਵੇਂ ਬੱਕਰੀਆਂ ਦੀ ਮੰਡੀ ਦੀ ਸ਼ੁਰੂਆਤ ਪੰਜਾਬ ਦੇ ਵਿੱਚ ਬਾਈ ਨੇ ਕਰੀ ਆ, ਵੀ ਤੁਹਾਨੂੰ ਰਿਹਾ ਕਿ ਕਿਵੇਂ ਜੇ ਲੱਗਿਆ ਵੀ ਯਾਰ, ਜਿਹੜਾ ਪਹਿਲਾਂ ਕਹਿੰਦੇ ਹੁੰਦੇ ਵੀ ਯਾਰ ਵੀ ਉਹ ਫਲਾਨਾ ਬੰਦਾ ਬੱਕਰੀਆਂ ਰੱਖੀ ਖੜਾ, ਹੈ ਨਾ, ਅੱਜ ਇਹ ਕਿੱਤਾ ਪ੍ਰੋਫੈਸ਼ਨਲ ਬਣ ਚੁੱਕਿਆ। ਜੀ ਜੀ ਜੀ। ਇਹ ਤਾਂ ਇੱਦਾਂ ਹੈਗਾ ਜੀ, ਕਈ ਵਾਰ ਜਿਹੜੇ ਆਪਣੇ ਲੋਕਾਂ ਦੇ ਜਿਹੜੇ ਦਿਮਾਗ ਆ ਨਾ, ਉਹ ਆਪਾਂ ਕੈਨੇਡਾ ਅਮਰੀਕਾ ਜਾ ਕੇ ਤਾਂ ਬਹੁਤ ਕੁਝ ਕਰ ਸਕਦੇ ਹਾਂ, ਜਿਹੜਾ ਆਪਣਾ ਇੱਥੇ ਦਿਮਾਗ ਆ ਉਹ ਆਪਾਂ ਹਰ ਕੰਮ ਨੂੰ ਐਸਾ ਯਾਰ ਆਹ ਛੋਟਾ ਕੰਮ ਆ ਵੱਡਾ ਕੰਮ, ਹਾਲਾਂਕਿ ਗੋਟ ਫਾਰਮਿੰਗ ਇੰਨਾ ਵਧੀਆ ਧੰਦਾ ਇਸ ਵਕਤ। ਔਰ ਜਦੋਂ ਮਾਨ ਨੇ ਸ਼ੁਰੂ ਕੀਤਾ ਮੈਨੂੰ ਪਤਾ ਬਹੁਤ ਬੰਦੇ ਜਿਹੜੇ ਸਾਡੇ ਸਰਕਲ ਦੇ ਸੀ ਕਹਿੰਦੇ ਸੀ ਵੀ ਯਾਰ ਇਹ ਮਾਨ ਨੇ ਕਿਹੜਾ ਕੰਮ ਸ਼ੁਰੂ ਕਰ ਲਿਆ ਬੱਕਰੀਆਂ ਵਾਲਾ, ਪਰ ਦੇਖੋ ਜਦੋਂ ਬੰਦਾ ਮਿਹਨਤ ਕਰਦਾ ਲਗਾਤਾਰ, ਅਤੇ ਅੱਜ ਤੁਸੀਂ ਦੇਖੋ ਪੂਰੇ ਇੰਡੀਆ ਦੇ ਵਿੱਚ ਜਿਹੜੇ ਵਿਕਰੇਤਾ ਇੱਥੇ ਆਉਂਦੇ ਨੇ, ਅਲੱਗ ਅਲੱਗ ਸਟੇਟਾਂ ਤੋਂ ਆਉਂਦੇ ਨੇ, ਅਤੇ ਪੂਰਾ ਜਿਹੜਾ ਵਧੀਆ ਢਾਂਚਾ ਚੱਲ ਰਿਹਾ ਹੈਗਾ। ਬਿਲਕੁਲ ਬਾਈ ਹੁਰੀਆਂ ਨੇ ਜਿਵੇਂ ਦੱਸਿਆ, ਹੈ ਨਾ, ਬਹੁਤ ਵਧੀਆ ਗੱਲ ਕਹੀ ਹੈਗੀ। ਸੋ ਜਿਵੇਂ ਬਾਈ ਨੇ ਕਿਹਾ ਵੀ ਇੰਡੀਆ ਲੈਵਲ 'ਤੇ ਅੱਜ ਬਾਈ ਮਾਨ ਨੂੰ ਲੋਕ ਜਾਣਦੇ ਆ, ਹੈ ਨਾ, ਉਸੇ ਤਰ੍ਹਾਂ ਦੋਸਤੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜੇ ਬੱਕਰੀ ਪਾਲਣ ਧੰਦੇ ਦੇ ਵਿੱਚ ਕਿਸੇ ਦੀ ਗੱਲ ਹੁੰਦੀ ਹੈ ਤਾਂ ਉਹ ਬਾਈ ਬਲਵਿੰਦਰ ਸਿੰਘ ਮਾਨ ਹੈ, ਜਿਹਨੂੰ ਇੱਕ ਅਗਾਂਹਵਧੂ ਤੌਰ 'ਤੇ, ਅਗਾਂਹਵਧੂ ਕਿਸਾਨ ਦੇ ਤੌਰ 'ਤੇ ਜਾਣਿਆ ਜਾਂਦਾ ਵੀ ਜਿਹਨੇ ਬੱਕਰੀ ਪਾਲਣ ਧੰਦੇ ਦੇ ਵਿੱਚ ਨਵੀਆਂ ਪਿਰਤਾਂ ਪਾਈਆਂ ਨੇ। ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਵੀਰਾਂ ਨੂੰ। ਅਖੀਰ 'ਤੇ ਇੱਕ ਵਾਰੀ ਫੇਰ ਬੇਨਤੀ ਹੈ, ਸਾਡੇ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਪੰਜਾਬ ਪੈਦਾਵਾਰ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ ਜੀ।